ਕਈ ਪ੍ਰੋਗਰਾਮ ਦੇ ਵਿੱਚ ਜੀ ਤੇ ਜਲਦੀ ਦੇ ਨਾਲ ਆਪਣੇ ਸਵਾਲ ਤੁਸੀਂ ਸਾਂਝੇ ਜ਼ਰੂਰ ਕਰ ਸਕਦੇ ਹੋ। ਵੈਸੇ ਤਾਂ ਸਮਾਂ ਆਈ ਐਮ ਸ਼ੋਰ ਕਿ ਅੱਜ ਦਰਸ਼ਕਾਂ ਦੇ ਵਾਸਤੇ ਜੀ ਥੋੜਾ ਬਿਜ਼ੀ ਰਹੇਗਾ, ਬਟ ਫੇਰ ਵੀ ਸੀ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਭੇਜਣਾ ਜਿਹੜੇ ਇਸ ਟਾਈਮ ਟੀਵੀ ਦੇ ਅੱਗੇ ਬੈਠੇ ਨੇ ਜੀ, ਤੁਹਾਡੀ ਡਿਊਟੀ ਹੈ ਕਿ ਤੁਸੀਂ ਫੋਨ ਕਰਨੇ ਹੈਗੇ ਨੇ ਲਾਈਵ ਪ੍ਰੋਗਰਾਮ ਦੇ ਵਿੱਚ ਆਪਣੇ ਸਵਾਲ ਜਿਹੜੇ ਹੈਗੇ ਨੇ ਸਾਂਝੇ ਕਰ ਸਕਦੇ ਹੋ, ਕਿਉਂਕਿ ਅੱਜ ਆਰ ਐਸ ਗਲੋਬਲ ਕੰਸਲਟੈਂਸੀ ਤੋਂ ਮਿਸਟਰ ਸੁਖਚੈਨ ਸਿੰਘ ਰਾਹੀ ਅੱਜ ਸਾਡੇ ਨਾਲ ਇੱਕ ਵਾਰ ਫਿਰ ਤੋਂ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਵਿਤਾ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡੇ ਸਾਰਿਆਂ ਦਾ ਜੋ ਸਾਡੇ ਇਸ ਸ਼ੋਅ ਨੂੰ ਕਬੂਲਦੇ ਹੋ ਔਰ ਹਰ ਵੀਰਵਾਰ ਵੇਟ ਕਰਦੇ। ਮੈਂ ਕੱਲ ਜਦੋਂ ਟਰੈਵਲ ਕਰ ਰਿਹਾ ਸੀ ਜਲੰਧਰੋਂ ਬਾਹਰ ਕਿਤੇ ਜਾਣ ਦਾ ਮੌਕਾ ਮਿਲਿਆ ਮੈਨੂੰ, ਤੇ ਰਸਤੇ ਤਕਰੀਬਨ ਇਹੋ ਜਿਹੇ ਤਿੰਨ ਮੈਨੂੰ ਮੈਸੇਜ ਮਿਲੇ ਫੇਸਬੁੱਕ ਤੇ ਜਿਹੜੇ ਕਹਿੰਦੇ ਸੀ ਅਸੀਂ ਕੱਲ ਵੀਰਵਾਰ ਦੀ ਵੇਟ ਕਰ ਰਹੇ ਹਾਂ। ਤੇ ਬੇਸ਼ੱਕ ਅੱਜ ਚਲੋ ਤਿਉਹਾਰ ਹੈ ਕਰਵਾ ਚੌਥ ਦਾ, ਬਹੁਤੀਆਂ ਜਿਹੜੀ ਲੇਡੀਜ਼ ਜਾਂ ਜਿਹੜੀਆਂ ਕੁੜੀਆਂ ਬਿਜ਼ੀ ਹੋਣਗੀਆਂ, ਬਟ ਫਿਰ ਵੀ ਜਿਹਨੇ ਆਪਣਾ ਕਰੀਅਰ ਹੀ ਬਣਾਉਣਾ ਸੋ ਉਹਨੇ ਉਹਦੇ ਦਿਨ ਤਿਉਹਾਰ ਹਰ ਰੋਜ਼ ਹੁੰਦੇ ਨੇ, ਕਿਉਂਕਿ ਕੈਨੇਡਾ ਜਾਣਾ ਜਾਂ ਆਸਟ੍ਰੇਲੀਆ ਜਾਣਾ ਜਾਂ ਕਿ ਚੰਗਾ ਭਵਿੱਖ ਬਣਾਉਣਾ ਵੀ ਕਿਸੇ ਇੱਕ ਦਿਨ ਤਿਉਹਾਰ ਤੋਂ ਘੱਟ ਨਹੀਂ ਹੈ। ਸੋ ਸਾਰਿਆਂ ਨੂੰ ਕਰਵਾ ਚੌਥ ਦੇ ਤਿਉਹਾਰ ਦੀਆਂ ਮੁਬਾਰਕਾਂ। ਐਂਡ ਨੰਬਰ ਫਲੈਸ਼ ਤੁਹਾਡੀ ਸਕਰੀਨ ਤੇ ਹੋ ਰਿਹਾ ਜੀ 70509 70509। ਇਸ ਨੰਬਰ ਤੇ ਕਾਲ ਕਰਕੇ ਯੂਕੇ ਜਾਣ ਵਾਲੇ ਬੱਚੇ ਵਿਦਆਊਟ ਆਇਲਟਸ ਆਪਣੇ ਪਰਿਵਾਰ ਨਾਲ ਕਿਵੇਂ ਜਾਇਆ ਜਾ ਸਕਦਾ, ਕੈਨੇਡਾ ਓਵਰਆਲ 6 ਬੈਂਡ ਆਇਲਟਸ ਵਿੱਚੋਂ ਇੱਕ ਮੋਡਿਊਲ 5.5 ਬੈਂਡ ਦੇ ਬੱਚਿਆਂ ਲਈ ਗੋਲਡਨ ਓਪਰਚੁਨਿਟੀ ਹੈ। ਜਨਵਰੀ ਟੇਕ ਚ ਦਾਖਲੇ ਹਾਲੇ ਬੱਚੇ ਨੇ ਸਾਡੇ ਕੋਲ, ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਰਹੀ ਜਾਏਗੀ। ਦੁਬਈ ਚ ਪੜ ਕੇ ਕਿਵੇਂ 3 ਮਹੀਨੇ ਬਾਅਦ ਤੁਸੀਂ US ਜਾਂ ਕੈਨੇਡਾ ਜਾਂ ਆਸਟ੍ਰੇਲੀਆ ਵਰਕ ਪਰਮਿਟ ਤੇ ਜਾਂ ਫਰਦਰ ਉਸ ਤੋਂ ਬਾਅਦ ਉੱਥੇ ਪੱਕੇ ਤੌਰ ਤੇ ਜਾ ਸਕਦੇ ਹੋ। ਠੀਕ ਹੈ, ਇਸ ਤੋਂ ਇਲਾਵਾ ਜੇ ਤੁਹਾਡੀ ਪੜ੍ਹਾਈ ਚ 4-5 ਸਾਲ ਦਾ ਗੈਪ ਹੈ, ਤੁਸੀਂ ਜਾਪਾਨ ਚ ਪੜ੍ਹ ਕੇ ਇੱਕ ਚੰਗੇ ਭਵਿੱਖ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਹੋ, ਯੂਰਪ ਚ ਤੁਸੀਂ ਵਿਦਆਊਟ ਆਇਲਟਸ ਕਿਵੇਂ ਜਾ ਸਕਦੇ ਹੋ, ਸਵੀਡਨ ਡੈਨਮਾਰਕ ਵਰਗੇ ਮੁਲਕਾਂ ਚ ਆਪਣੇ ਸਪਾਊਸ ਨਾਲ ਕਿਵੇਂ ਜਾ ਸਕਦੇ ਹੋ। ਸੋ ਤਕਰੀਬਨ 30 ਤੋਂ ਉੱਪਰ ਕੰਟਰੀ ਤੇ ਜਿੰਨਾ ਚ ਤੁਸੀਂ ਪੜ੍ਹਾਈ ਦੇ ਬੇਸ ਤੇ ਸਿੰਗਲ ਜਾਂ ਸਪਾਊਸ ਨਾਲ ਜਾਂ ਬੱਚੇ ਨਾਲ ਜਾ ਕੇ ਚੰਗੇ ਭਵਿੱਖ ਦੀ ਸ਼ੁਰੂਆਤ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਜ਼ਹਿਨ ਚ ਸਵਾਲ ਆਪਣੇ ਕਰੀਅਰ ਕਾਉਂਸਲ ਨੂੰ ਲੈ ਕੇ, ਚਾਹੇ ਘੁੰਮਣ ਫਿਰਨ ਜਾਣ ਲਈ ਹੈ, ਚਾਹੇ ਟੂਰਿਸਟ ਵੀਜ਼ਾ ਲੈਣ ਲਈ ਹੈ, ਚਾਹੇ ਸਟੂਡੈਂਟ ਵੀਜ਼ਾ ਲਈ ਹੈ, ਚਾਹੇ ਪੱਕੇ ਤੌਰ ਤੇ ਆਸਟ੍ਰੇਲੀਆ ਜਾਂ ਕੈਨੇਡਾ ਪਰਿਵਾਰ ਨਾਲ ਜਾਣ ਦੀ ਗੱਲ ਕਰਨੀ ਹੈ, ਇਸ ਨੰਬਰ ਤੇ 70509 70509 ਜੀ ਇਸ ਨੰਬਰ ਤੇ ਕਾਲ ਕਰਕੇ ਅਗਲੇ 30 ਮਿੰਟ ਲਾਈਵ ਮੇਰੇ ਨਾਲ ਗੱਲ ਕੀਤੀ ਜੀ। ਤੇ ਕਾਲਰ ਵੀ ਸਾਡੇ ਨਾਲ ਜੁੜ ਰਹੇ ਨੇ ਜੀ, ਤੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ, ਤੁਸੀਂ ਵੀ ਸਵਾਲ ਜ਼ਰੂਰ ਸਾਂਝਾ ਕਰੋ। ਇਸ ਤੋਂ ਪਹਿਲਾਂ ਵੀ ਮੈਂ ਆਪਣੇ ਸਵਾਲ ਕਰਾਂ, ਇੱਕ ਵਾਰੀ ਅਸੀਂ ਸਾਡੇ ਦਰਸ਼ਕਾਂ ਦੇ ਸਵਾਲ ਲੈ ਲੈਂਦੇ ਹਾਂ ਜੀ। ਹੈਲੋ ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਸਰ ਜੀ। ਟੀਵੀ ਦੀ ਆਵਾਜ਼ ਬੰਦ ਕਰੋਗੇ? ਹਾਂਜੀ ਹਾਂਜੀ, ਸਵਾਲ ਪੁੱਛੋ ਸਰ, ਆਪਣਾ ਸਵਾਲ ਜੀ ਤੁਹਾਡਾ ਨਾਮ ਨਾਲ। ਸਾਢੇ ਸੱਤ ਬੈਂਡ ਤੇ ਫਾਈਲ ਲੱਗ ਜੂ, 7.5 ਬੈਂਡ ਤੇ ਵੀਜ਼ਾ ਲੱਗੇਗਾ ਜੀ। ਪ੍ਰੋਫਾਈਲ ਕੀ ਹੈ, ਕੁਆਲੀਫਿਕੇਸ਼ਨ ਕੀ, ਬੱਚੇ ਜਿਹੜੀ ਗੱਲ ਕਰ ਰਹੇ ਹੋ? ਸਰ ਪਲੱਸ ਟੂ ਪਾਸ ਕੀਤੀ, ਬੱਚੇ ਦੇ ਨੰਬਰ ਕਿੰਨੇ ਪਰਸੈਂਟ ਹੈ? 54% ਕਿੰਨੇ? 54% 54 ਸਰ ਜੀ, 47% ਵਾਲੇ ਵੀਜ਼ੇ ਵੀ ਸਾਡੇ ਫੇਸਬੁੱਕ ਪੇਜ ਦੇ ਅੱਗੇ ਦੇਖ ਸਕਦੇ ਹੋ। ਜੇ 7.5 ਬੈਂਡ ਦੀ ਗੱਲ ਕਰ ਰਹੇ ਹੋ, ਕੋਈ ਘਬਰਾਉਣ ਦੀ ਲੋੜ ਨਹੀਂ। 5.5 ਬੈਂਡ, 5.5 ਤੇ 7.5 ਕਿਹਾ? ਬੈਂਡ ਕਿੰਨੇ ਨੇ ਜੀ ਆਇਲਟਸ ਦੇ ਵਿੱਚ? 7.5 5.5 ਬੈਂਡ ਤੇ ਜਾਂ ਤਾਂ ਯੂਰਪ ਜਾਇਆ ਜਾ ਸਕਦਾ ਜਾਂ ਫਿਰ ਨਿਊਜ਼ੀਲੈਂਡ ਜਾਇਆ ਜਾ ਸਕਦਾ। ਤੇ ਜੇ ਕੈਨੇਡਾ ਜਾਂ ਯੂਕੇ ਭੇਜਣਾ ਫਿਰ 6 ਬੈਂਡ ਦੀ ਰਿਕੁਆਇਰਮੈਂਟ ਹੈ। 5.5 ਤੇ ਨਿਊਜ਼ੀਲੈਂਡ ਜਾਂ ਯੂਰਪ ਭੇਜਿਆ ਜਾ ਸਕਦਾ, ਹੋਰ ਕਿਸੇ ਕੰਟਰੀ ਚ ਪੰਗਾ ਨਾ ਲਿਓ ਜੀ। ਸੋ ਮੈਂ ਇੱਥੇ ਵੀ ਦੱਸਣਾ ਚਾਹੁੰਦਾ, ਜਿਹੜੇ ਬੱਚਿਆਂ ਦੇ 5.5 ਜਾਂ ਨਿਊਜ਼ੀਲੈਂਡ ਦਾ ਸਕਸੈਸ ਰੇਟ ਸਾਡਾ 100% ਚੱਲ ਰਿਹਾ, ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਜਾਣੀ ਹੈ। ਕੋਈ 12ਵੀਂ ਪਾਸ ਵਿਦਿਆਰਥੀ, ਤੁਹਾਡੀ ਪੜ੍ਹਾਈ ਚ 2-4 ਸਾਲ ਦਾ ਗੈਪ ਹੈ, ਤੁਹਾਡੇ ਨੰਬਰ 50-55% ਦੇ ਵਿੱਚ ਹੈ, ਤੁਹਾਡੇ ਆਇਲਟਸ 5.5 ਬੈਂਡ ਓਵਰਆਲ 5 ਈਚ ਹੈ, ਨਿਊਜ਼ੀਲੈਂਡ ਦਾ ਵੀਜ਼ਾ ਸਾਡਾ ਸਕਸੈਸ ਰੇਟ 100% ਹੈ, ਜਿਹਦੇ ਚ ਵੀਜ਼ਾ ਲੱਗਣ ਤੋਂ ਬਾਅਦ ਬੱਚੇ ਦੀ ਸਾਰੀ ਫੀਸ ਜਾਂਦੀ ਹੈ। 2 ਸਾਲ ਦਾ ਬੱਚਾ ਕੋਰਸ ਕਰੇਗਾ ਲੈਵਲ 5 ਲੈਵਲ 6 ਦਾ, ਉਸ ਤੋਂ ਬਾਅਦ ਫਰਦਰ ਵਰਕ ਪਰਮਿਟ ਔਰ ਪੀ ਆਰ ਦਾ ਰਸਤਾ ਤੈਅ ਕਰ ਸਕਦਾ। ਸੋ 5.5 ਬੈਂਡ ਤੇ ਨਿਊਜ਼ੀਲੈਂਡ, ਲਾਟਵੀਆ ਐਂਡ ਯੂਰਪ ਦੇ ਕਈ ਕੰਟਰੀ ਦੇ ਜੀ ਜੀ। ਨੈਕਸਟ ਕਾਲਰ, ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਅਜੇ ਕੁਮਾਰ ਸਰਦਰ ਕੈਂਟ ਤੋਂ ਜੀ। ਅਜੇ ਜੀ ਸਵਾਲ ਪੁੱਛੋ। ਮੈਂ ਵਿਦਆਊਟ ਆਇਲਟਸ ਥੋੜਾ ਕਰਨਾ ਸੀਗਾ। ਵਿਦਆਊਟ ਆਇਲਟਸ ਕਿਹੜੀ ਕੰਟਰੀ? ਮੈਂ ਯੂਕੇ ਦਾ। ਯੂਕੇ ਪੜੇਗੀ ਨਾ? 12ਵੀਂ ਚੋਂ 60% ਨੰਬਰ ਹੈਗੇ ਅਜੇ ਤੁਹਾਡੇ ਇੰਗਲਿਸ਼ ਚੋਂ? ਹੈਲੋ ਜੀ, ਫੋਨ ਡਿਸਕਨੈਕਟ। ਗੱਲ ਸੁਣ ਰਹੇ ਹੋ ਮਿਸਟਰ ਅਜੇ ਜਲੰਧਰ ਕੈਂਟ ਤੋਂ ਗੱਲ ਕਰ ਰਹੇ ਸੀ। ਅਗਰ ਤੁਹਾਡੇ 12ਵੀਂ ਚੋਂ ਇੰਗਲਿਸ਼ ਸਬਜੈਕਟ ਵਿੱਚੋਂ 60% ਤੋਂ ਉੱਪਰ ਨੰਬਰ ਹੈ, ਤੁਸੀਂ ਯੂਕੇ ਵਿਦਆਊਟ ਆਇਲਟਸ ਪੜ੍ਹਨ ਜਾ ਸਕਦੇ ਹੋ। ਅਸੀਂ ਹਰ ਵਾਰ ਇਸ ਮੰਚ ਤੇ ਗੱਲ ਕਰਦੇ, ਲਗਭਗ 6-7 ਹਫ਼ਤੇ ਹੋ ਚੁੱਕੇ ਗੱਲ ਕਰਦੇ ਨੂੰ, ਪਰ ਜਿਹੜੇ ਨਵੇਂ ਕਾਲਰ ਜੁੜਦੇ ਨੇ, ਪਹਿਲੀ ਵਾਰ ਪ੍ਰੋਗਰਾਮ ਵੇਖ ਰਹੇ ਹੋ, ਫਿਰ ਅੱਜ ਦੱਸ ਦੇਣਾ ਜ਼ਰੂਰੀ ਹੈ।
ਕੋਈ ਵੀ ਬੱਚਾ ਜਿਹਦੇ 12ਵੀਂ ਚੋਂ ਇੰਗਲਿਸ਼ ਚੋਂ 60% ਉੱਪਰ ਨੰਬਰ ਹੈ, ਉਸ ਬੱਚੇ ਨੂੰ ਯੂਕੇ ਪੜ੍ਹਨ ਜਾਣ ਲਈ ਆਇਲਟਸ ਕਰਨ ਦੀ ਲੋੜ ਨਹੀਂ। ਠੀਕ ਹੈ, ਅਗਰ ਉਹਨੇ 12ਵੀਂ ਕੀਤੀ ਹੈ ਤਾਂ 12ਵੀਂ ਤੋਂ ਬਾਅਦ ਬੈਚਲਰ ਕਰਨ ਜਾਏਗਾ, ਜੇ ਬੈਚਲਰ ਡਿਗਰੀ ਕੀਤੀ ਹੈ ਤਾਂ ਮਾਸਟਰ ਕਰਨ ਜਾਏਗਾ। ਉਹ ਜਿਹੜਾ ਸਟੂਡੈਂਟ ਮਾਸਟਰ ਡਿਗਰੀ ਕਰਨ ਜਾਏਗਾ ਉਹ ਆਪਣੇ ਸਪਾਊਸ ਨੂੰ ਜਾਣੀ ਕਿ ਹਸਬੈਂਡ ਨੂੰ ਜਾਂ ਫਿਰ ਵਾਈਫ ਨੂੰ ਨਾਲ ਲੈ ਕੇ ਜਾ ਸਕਦਾ, ਕਿਉਂਕਿ ਆਪਣੇ 18 ਸਾਲ ਤੋਂ ਉਮਰ ਦੇ ਛੋਟੇ ਬੱਚੇ ਵੀ ਨਾਲ ਜਾ ਸਕਦੇ ਆ। ਫਤਿਹ ਵੀਰ ਸਿੰਘ ਛੋਟੇ ਬੱਚੇ ਦਾ ਨਾਮ ਸੀ, ਪਹਿਲਾਂ ਉਹਦੇ ਫਾਦਰ ਦਾ ਵੀਜ਼ਾ ਲੱਗਾ ਸਟੂਡੈਂਟ ਦਾ, ਮੁੜ ਕੇ ਉਹਦੀ ਮਦਰ ਦਾ, ਬੱਚੇ ਦਾ ਵੀਜ਼ਾ ਲੱਗਾ। ਸੋ ਸਟੂਡੈਂਟ ਦੇ ਨਾਲ ਸਪਾਊਸ ਪਲੱਸ ਤੁਹਾਡੇ 18 ਸਾਲ ਤੋਂ ਜਿਹੜੀ ਉਮਰ ਛੋਟੀ ਹੈ, 2 ਸਾਲ ਦਾ ਬੱਚਾ, 3 ਸਾਲ ਦਾ, 4 ਸਾਲ ਦਾ, 10 ਸਾਲ ਦਾ, ਤੁਹਾਡੇ ਬੱਚੇ ਵੀ ਨਾਲ ਜਾ ਸਕਦੇ ਆ। ਯੂਕੇ ਕਿਹੋ ਜਿਹਾ ਮੁਲਕ ਹੈ ਕਵਿਤਾ ਜੀ, ਜਿਹਦੇ ਸਟੂਡੈਂਟ ਦੇ ਨਾਲ ਪਰਿਵਾਰ ਨੂੰ ਵੀ ਆਉਣ ਦਾ ਮੌਕਾ ਦਿੰਦਾ, ਪਰਿਵਾਰ ਨੂੰ ਨਾਲ ਜਿਹੜਾ ਹਸਬੈਂਡ ਹੈ ਉਹਨੂੰ ਫੁੱਲ ਟਾਈਮ ਕੰਮ ਕਰਨ ਦਾ ਅਧਿਕਾਰ ਹੈ, ਤਾਂ ਕਿ ਉਹ ਕੰਮ ਕਰਕੇ ਆਪਣੀ ਵਾਈਫ ਦੀਆਂ ਫੀਸਾਂ ਕੱਢ ਸਕੇ ਔਰ ਆਪਣੇ ਬੱਚਿਆਂ ਦੀ ਉੱਥੇ ਪੜ੍ਹਾਈਆਂ ਤੇ ਉਹ ਅਫੋਰਡ ਕਰ ਸਕੇ। ਸੋ ਯੂਕੇ ਚ ਕੱਲਾ ਇਹੋ ਜਿਹਾ ਮੁਲਕ ਹੈ ਜਿਹੜਾ ਸਟੂਡੈਂਟ ਨੂੰ ਪਰਿਵਾਰ ਦੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦਾ। ਸਟੂਡੈਂਟ ਜਿਹੜਾ ਗ੍ਰੈਜੂਏਟ ਹੈ ਜਿਹਨੇ ਇੰਡੀਆ ਚ BA BCOM BBA BCA ਕੀਤੀ ਹੈ, ਉਹ ਮਾਸਟਰਸ ਕੋਰਸ ਚ ਵੀ ਜਾਇਆ। ਜਿਹੜਾ ਸਟੂਡੈਂਟ ਮਾਸਟਰ ਕੋਰਸ ਜਾਏਗਾ ਕੇਵਲ ਉਹੀ ਆਪਣੇ ਸਪਾਊਸ ਤੇ ਬੱਚਿਆਂ ਨੂੰ ਪਰਿਵਾਰ ਨਾਲ ਲੈ ਕੇ ਜਾ ਸਕਦਾ। ਜੀ ਜੀ, ਥੋੜੀ ਗੱਲ ਸਮਝਾਉਣ ਦੀ ਲੋੜ ਹੈ, ਕਿਉਂਕਿ ਜਦੋਂ ਕਾਲਜ ਦਫ਼ਤਰ ਚ ਹੁੰਦੀਆਂ ਬੜੀਆਂ ਕਨਫਿਊਜ਼ਨ ਲੋਕਾਂ ਚ ਕ੍ਰੀਏਟ ਕੀਤੀਆਂ ਜਾਂਦੀਆਂ ਅਲੱਗ ਅਲੱਗ ਕੰਸਲਟੈਂਟ ਵੱਲੋਂ। ਜੇਕਰ ਕਿਸੇ ਬੱਚੇ ਨੇ GNM ਨਰਸਿੰਗ ਕੀਤੀ, ਫੋਰ ਐਗਜ਼ਾਮਪਲ ਮੈਂ ਨਵੇਂ ਸ਼ਹਿਰ ਦਫ਼ਤਰ ਜਦੋਂ ਬੈਠਦਾ, ਜਲੰਧਰ ਜਾਂ ਮੋਹਾਲੀ ਬੈਠਦਾ, ਬੜੀਆਂ ਕਨਫਿਊਜ਼ਨ ਬੱਚਿਆਂ ਚ ਹੁੰਦੀਆਂ। ਜਿੰਨਾ ਸਟੂਡੈਂਟ ਨੇ GNM ਨਰਸਿੰਗ ਕੀਤੀ ਹੈ ਉਹ ਬੈਚਲਰ ਡਿਗਰੀ ਨਹੀਂ ਹੈ, ਸੋ GNM ਵਾਲਾ ਸਟੂਡੈਂਟ ਫਰਦਰ ਬੈਚਲਰ ਡਿਗਰੀ ਕਰਨ ਜਾ ਸਕਦਾ, ਮਾਸਟਰਸ ਕੋਰਸ ਇਨਰੋਲ ਨਹੀਂ ਹੋ ਸਕਦਾ। ਸੋ GNM ਵਾਲੀ ਜਿਹੜੀ ਕੁੜੀ ਹੈ ਜਾਂ ਮੁੰਡਾ ਹੈ ਉਹ ਆਪਣੇ ਸਪਾਊਸ ਨਾਲ ਨਹੀਂ ਖੜ ਸਕਦੇ। ਜਿਹਨਾਂ ਨੇ ਪੋਲੀਟੈਕਨਿਕ ਦਾ 3 ਸਾਲ ਦਾ ਡਿਪਲੋਮਾ ਕੀਤਾ 12ਵੀਂ ਤੋਂ ਬਾਅਦ, ਉਹ ਵੀ ਗ੍ਰੈਜੂਏਸ਼ਨ ਬਰਾਬਰ ਨਹੀਂ ਗਿਣੇ ਜਾਂਦੇ, ਉਹ ਵੀ ਅਗਰ ਸਟੂਡੈਂਟ ਦੇ ਨਾਲ ਸਪਾਊਸ ਜਾਣਾ ਚਾਹੁੰਦੇ ਨਾਲ ਨਹੀਂ ਜਾ ਸਕਦਾ। ਉਹ ਇਹ ਕੈਨੇਡਾ ਵਾਂਗੂ ਨਹੀਂ ਹੈ ਕਿ ਤੁਸੀਂ 3-6 ਮਹੀਨੇ ਬਾਅਦ ਓਪਨ ਵਰਕ ਪਰਮਿਟ ਤੇ ਸੱਦ ਲਓਗੇ, ਸਪਾਊਸ ਨਾਲ ਨਹੀਂ ਜਾ ਸਕਦਾ ਜਿਹੜਾ ਸਟੂਡੈਂਟ ਬੈਚਲਰ ਡਿਗਰੀ ਕਰਨ ਚੱਲਿਆ। 3 ਸਾਲ ਦੀ ਬੈਚਲਰ ਡਿਗਰੀ ਦਰਮਿਆਨ ਉਹਦਾ ਸਪਾਊਸ ਕਿਸੇ ਟਾਈਮ ਵਿਜ਼ਟਰ ਵੀਜ਼ਾ ਜ਼ਰੂਰ ਅਪਲਾਈ ਕਰ ਸਕਦਾ, ਬਟ ਉਹ ਵਿਜ਼ਟਰ ਵੀਜ਼ਾ ਉਹ ਐਪਲੀਕੈਂਟ ਦੇ ਆਪਣੇ ਬੇਸ ਉੱਤੇ ਮਿਲਣਾ, ਉਹ ਸਟੂਡੈਂਟ ਵੀਜ਼ਾ ਦਾ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਮਿਲਣਾ, ਉਹ ਅੱਜ ਵੀ ਅਪਲਾਈ ਕਰ ਸਕਦਾ। ਸੋ ਉਹ ਚ ਕੰਮ ਕਰਨ ਦੇ ਕੋਈ ਰਾਈਟਸ ਨਹੀਂ ਹੋਣੇ, ਕੇਵਲ ਸਟੂਡੈਂਟ ਦੇ ਨਾਲ ਪਰਿਵਾਰ ਜਾਂ ਸਪਾਊਸ ਉਹੀ ਜਾ ਸਕਦਾ ਜਿਹੜਾ ਮੇਨ ਐਪਲੀਕੈਂਟ। ਜੀ, ਫਿਲਹਾਲ ਜੀ ਨੈਕਸਟ ਕਾਲ ਸਾਡੇ ਨਾਲ ਇਹ ਕੰਚਵਾ ਪ੍ਰਦੇਸ਼ ਲਾਈਵ ਪ੍ਰੋਗਰਾਮ ਹੈ ਜੀ, ਤੁਸੀਂ ਵੀ ਫੋਨ ਕਰ ਸਕਦੇ ਹੋ। ਹੈਲੋ, ਸਰ ਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਬਿਲਕੁਲ ਸਰ, ਸਵਾਲ ਪੁੱਛੋ ਜੀ। ਤੁਸੀਂ ਇੱਕ ਤਾਂ ਟੀਵੀ ਦੀ ਵੋਲਿਊਮ ਘੱਟ ਕਰ ਲਓ ਔਰ ਆਪਣਾ ਸਵਾਲ ਪੁੱਛੋ ਜੀ। ਹਾਂਜੀ ਹਾਂਜੀ, ਹਾਂਜੀ ਹਾਂਜੀ ਸਰ, ਸੁਣ ਰਿਹਾ, ਸਵਾਲ ਪੁੱਛੋ ਆਪਣਾ। ਉਮਰ ਕਿੰਨੀ ਹੈ ਤੁਹਾਡੀ ਵਾਈਫ ਦੀ? ਉਮਰ ਕਿੰਨੀ ਤੁਹਾਡੀ ਵਾਈਫ ਦੀ? ਤੁਸੀਂ ਆਪਣੇ ਪਰਿਵਾਰ ਨਾਲ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਦੇ ਤਹਿਤ PR ਅਪਲਾਈ ਕਰ ਸਕਦੇ ਹੋ। ਕੋਈ ਵੀ ਗ੍ਰੈਜੂਏਟ ਸਟੂਡੈਂਟ ਜਾਂ ਐਪਲੀਕੈਂਟ, ਮੈਂ ਸਟੂਡੈਂਟ ਦੀ ਗੱਲ ਨਹੀਂ ਕਰਾਂਗਾ, ਕੋਈ ਵੀ ਗ੍ਰੈਜੂਏਟ ਐਪਲੀਕੈਂਟ ਜਿਹਨੇ ਇੰਡੀਆ ਚ ਬੈਚਲਰ ਡਿਗਰੀ ਕੀਤੀ ਹੈ, ਉਹਦੇ ਰਿਲੇਟਡ ਫੀਲਡ ਉਹਦੇ ਕੋਲ 2 ਤੋਂ 3 ਸਾਲ ਦਾ ਤਜਰਬਾ। ਫੋਰ ਐਗਜ਼ਾਮਪਲ ਕਿਸੇ ਨੇ BCOM ਕੀਤੀ ਹੈ, ਉਹਦੇ ਕੋਲ ਬੈਂਕਿੰਗ ਦਾ ਐਕਸਪੀਰੀਅੰਸ ਹੈ, ਜਿਵੇਂ ਇਹਨਾਂ ਨੇ BPED ਕੀਤੀ ਸੀ, ਬੈਚਲਰ ਆਫ ਫਿਜ਼ੀਕਲ ਐਜੂਕੇਸ਼ਨ ਦੀ ਡਿਗਰੀ ਕੀਤੀ ਸੀ, ਇਹਨਾਂ ਕੋਲ ਹੈਡ ਆਫ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਚ ਐਕਸਪੀਰੀਅੰਸ ਹੋਏਗਾ। ਸੋ ਉਦਾਂ ਪੜ੍ਹਾਈ ਦੇ ਨਾਲ ਤਜਰਬਾ ਪਲੱਸ ਉਹਨਾਂ ਕੋਲ ਆਇਲਟਸ ਦੇ ਸਕੋਰ ਹੈਗੇ ਨੇ, ਤਾਂ ਪੁਆਇੰਟ ਬੇਸਿਸ ਤੇ ਪੱਕੇ ਤੌਰ ਤੇ ਪਰਿਵਾਰ ਨਾਲ ਸੁਖਚੈਨ ਸਿੰਘ ਰਾਹੀ ਸਾਡੇ ਨਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਕੌਣ ਬੋਲ ਰਹੇ ਹੋ? ਜੀ ਅਜੀਤ ਜੀ, ਸਵਾਲ ਪੁੱਛੋ। ਮੈਂ ਪੁੱਛਣਾ ਜੀ, ਮੈਂ ਆਪਣਾ ਡਿਫੈਂਸ ਫੋਰਸਿਸ ਤੋਂ ਹੁਣੇ ਰਿਟਾਇਰ ਹੋਇਆ। ਓਕੇ ਓਕੇ ਸਰ,
ਮੈਂ ਪੁੱਛਣਾ ਚਾਹੁੰਦਾ ਸੀ, ਮੈਂ ਫੈਮਿਲੀ ਦੇ ਨਾਲ ਸੈਟਲ ਹੋਣਾ ਜੀ ਫੋਰਨ। ਓਕੇ, ਤੁਹਾਡੀ ਏਜ ਏਜ ਕਿੰਨੀ ਹੈ ਅਜੀਤ ਸਿੰਘ ਜੀ? ਮੇਰੀ ਵਾਈਫ ਦੋਨੋਂ MBA ਜੀ। ਅਜੀਤ ਜੀ ਸਵਾਲ ਦਾ ਜਵਾਬ ਦਿਓ, ਮਿਸਟਰ ਰਾਹੀ ਤੁਹਾਡੇ ਨਾਲ ਗੱਲ ਕਰਦੇ। ਏਜ ਕਿੰਨੀ ਹੈ ਭਾਜੀ? ਏਜ ਹੈ ਮੇਰੀ 39। 39, ਔਰ ਵਾਈਫ ਦੀ ਕੁਆਲੀਫਿਕੇਸ਼ਨ? ਤੁਹਾਡੀ ਕੁਆਲੀਫਿਕੇਸ਼ਨ MBA ਹੈ ਦੋਨੋਂ? ਦੋਨੋਂ ਦੀ MBA। ਵਾਈਫ ਕਿਸੇ ਵਰਕਿੰਗ ਚ ਜੋਬ ਕਰ ਰਹੇ ਨੇ? ਨਹੀਂ, ਜੋਬ ਨਹੀਂ, ਹਾਊਸ ਵਾਈਫ ਹੀ ਹੈ। ਉਹ ਤੁਹਾਡੇ ਦੋਨਾਂ ਚੋਂ ਆਇਲਸ ਕੌਣ ਵਧੀਆ ਸਕੋਰ ਲੈ ਸਕਦਾ, ਤੁਸੀਂ ਜਾਂ ਤੁਹਾਡੀ ਵਾਈਫ? ਸੈਵਨ ਬੈਂਡ ਦੀ ਲੋੜ ਹੈ ਜੀ, ਤੁਹਾਡੀ ਏਜ 39 ਆ, ਬਟ ਵਰਕਿੰਗ ਫਿਰ ਵੀ ਹੋਣਾ ਜ਼ਰੂਰੀ ਹੈ। ਤੁਸੀਂ ਅਗਰ ਕੈਨੇਡਾ ਵਿੱਚ ਐਕਸਪ੍ਰੈਸ ਐਂਟੀ ਤਹਿਤ PR ਅਪਲਾਈ ਕਰਨੀ ਹੈ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਤੁਸੀਂ enquiry@rsglobal.com ਤੇ ਆਪਣਾ CV ਜ਼ਰੂਰ ਸੈਂਡ ਕਰਾ ਦਿਓ। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਤੁਸੀਂ ਐਕਸਪੀਰੀਅੰਸ ਕਿਸ ਚੀਜ਼ ਦਾ ਲਿਆ, ਉਹਦੇ ਮੁਤਾਬਕ ਜਿਹੜੀ ਮੇਰੀ PR ਦੀ ਟੀਮ ਹੈ ਤੁਹਾਨੂੰ ਕੰਟੈਕਟ ਕਰਕੇ ਦੱਸ ਦੇਗੀ ਕਿ ਤੁਹਾਡਾ ਪੱਕੇ ਤੌਰ ਤੇ ਪਰਿਵਾਰ ਨਾਲ PR ਦਾ ਬਣ ਰਿਹਾ ਜਾਂ ਨਹੀਂ ਬਣ ਰਿਹਾ। ਅਗਰ ਨਹੀਂ ਬਣ ਰਿਹਾ ਹੋਏਗਾ ਤਾਂ ਹੋਰ ਅਲਟਰਨੇਟਿਵ ਰਸਤੇ ਕੀ ਤੁਸੀਂ ਜਾ ਸਕਦੇ ਹੋ, ਜਿਵੇਂ ਤੁਸੀਂ ਕੈਨੇਡਾ ਚ ਇੱਥੋਂ ਟੂਰਿਸਟ ਵੀਜ਼ਾ ਜਾਂਦੇ ਹੋ, ਉੱਥੇ ਕੋਈ ਸਪੋਂਸਰ ਤੁਹਾਨੂੰ ਜੋਬ ਦੇਣ ਨੂੰ ਤਿਆਰ ਹੈ, ਤੁਸੀਂ ਆਪਣਾ ਟੂਰਿਸਟ ਵੀਜ਼ਾ ਜਾ ਕੇ ਉੱਥੇ LMIA ਲੈ ਕੇ ਵਰਕ ਪਰਮਿਟ ਚੇਂਜ ਕਰਾ ਸਕਦੇ ਹੋ। 2 ਸਾਲ ਦੇ ਵਰਕ ਪਰਮਿਟ ਤੋਂ ਬਾਅਦ ਉੱਥੇ ਤੁਸੀਂ ਪਰਿਵਾਰ ਨਾਲ PR ਵੀ ਅਪਲਾਈ ਕਰ ਸਕਦੇ ਹੋ। ਸੋ ਇਸ ਲਾਈਵ ਪ੍ਰੋਗਰਾਮ ਵਿੱਚ ਅਸੀਂ ਕੇਵਲ ਸਟੂਡੈਂਟ ਵੀਜ਼ੇ ਬਾਰੇ ਜ਼ਰੂਰ ਗੱਲਬਾਤ ਕਰਦੇ ਹਾਂ, ਕਿਉਂਕਿ PR ਨੂੰ ਲੈ ਕੇ ਇੱਕ ਜ਼ਿੰਦਗੀ ਦੇ PR ਦਾ ਮਾਮਲਾ ਹੈ, ਇੱਕ ਸ਼ਾਰਟ ਸਮੇਂ ਚ ਇੱਕ ਕਾਲ ਦੇ ਵਿੱਚ 1.5 ਮਿੰਟ ਚ ਜਵਾਬ ਦਿੱਤਾ ਜਾ ਸਕਦਾ। ਸੋ ਜਿਵੇਂ ਤੁਹਾਡੀ ਉਮਰ ਪ੍ਰੋਫਾਈਲ ਦੱਸਣੀ ਹੈ, ਬਾਹਰ ਜਾਣ ਦਾ ਮੌਕਾ ਮਿਲੇਗਾ ਜਾਂ ਨਹੀਂ ਇਹ ਜਾਣ ਸਕਦੇ ਹੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਗੁੱਡ ਗੁੱਡ, ਕੌਣ ਬੋਲ ਰਹੇ ਹੋ ਜੀ? ਸਵਾਲ ਪੁੱਛੋ ਜਰਮਨਜੀਤ। ਚਲੋ ਕੋਈ ਨੀ, ਜਰਮਨੀ UK ਭੇਜਾਂਗੇ। ਕੁਆਲੀਫਿਕੇਸ਼ਨ ਕੀ ਮੇਰੇ ਵੀਰ? ਸਤਿ ਸ਼੍ਰੀ ਅਕਾਲ ਜੀ, ਕੁਆਲੀਫਿਕੇਸ਼ਨ ਕੀ ਮੇਰੇ ਵੀਰ? ਜਰਮਨ ਜੀ, ਕੁਆਲੀਫਿਕੇਸ਼ਨ ਕੀ ਮੇਰਾ ਵੀਰ? ਕੁਆਲੀਫਿਕੇਸ਼ਨ ਇਦਾਂ ਕਿ ਮੈਂ ਆਲਰੇਡੀ ਨਿਊਜ਼ੀਲੈਂਡ ਤੋਂ ਓਵਰਸਟੇ ਹੋ ਕੇ ਸਟੱਡੀ ਵੀਜ਼ੇ ਲੈ ਗਿਆ, ਮੈਂ ਉੱਥੇ ਰਿਟਰਨ ਹੈ ਜੀ, ਵਾਪਸ ਆਇਆ। ਠੀਕ ਹੈ। ਓਹੋ, ਲੈਵਲ 5-6 ਕੰਪਲੀਟ ਹੋਇਆ ਕਿ ਨਹੀਂ ਹੋਇਆ? ਬ੍ਰਦਰ, ਜਿਹੜਾ ਸਟੂਡੈਂਟ ਪਲੱਸ ਟੂ ਹੋਲਡਰ ਆ, ਸਪਾਊਸ ਨਾਲ ਨਹੀਂ ਕਿਤੇ ਵੀ ਜਾ ਸਕਦਾ। ਆਮ ਸੋਰੀ, ਜੇ ਵਾਈਫ ਇਕੱਲੀ ਪੜ੍ਹਨ ਜਾਣਾ ਚਾਹੁੰਦੀ ਹੈ UK, ਬਿਲਕੁਲ ਜਾ ਸਕਦੀ ਹੈ। ਇੰਗਲਿਸ਼ ਚੋਂ ਨੰਬਰ 60% ਚਾਹੀਦੇ, ਆਇਲਟਸ ਦੀ ਲੋੜ ਨਹੀਂ। ਜੇ ਤੁਸੀਂ 6 ਬੈਂਡ ਈਚ ਲੈ ਲੈਂਦੇ ਹੋ ਵਾਈਫ ਤੁਹਾਡੀ, ਤਾਂ ਕੈਨੇਡਾ ਪੜ੍ਹਨ ਜਾ ਸਕਦੀ ਹੈ। ਬਟ ਇਹ ਵੀ ਕੈਨੇਡਾ ਤੁਸੀਂ 6 ਮਹੀਨੇ ਬਾਅਦ ਓਪਨ ਵਰਕ ਪਰਮਿਟ ਤੇ ਜਾ ਸਕਦੇ ਹੋ, ਬੱਚਾ ਨਾਲ ਜਾ ਸਕਦਾ, ਨਾਲ ਨਹੀਂ ਜਾਇਆ ਜਾਣਾ ਵਾਈਫ ਦੇ। ਜੇ ਤੁਸੀਂ ਚਾਹੇ UK ਦੀ ਗੱਲ ਕਰ ਲਓ, ਚਾਹੇ ਤੁਸੀਂ ਆਸਟ੍ਰੇਲੀਆ ਗੱਲ ਕਰ ਲਓ, ਚਾਹੇ ਕੈਨੇਡਾ ਦੀ ਗੱਲ ਕਰ ਲਓ ਜੀ, ਤੇ ਇਦਾਂ ਦੀ ਪ੍ਰੋਫਾਈਲ ਕਾਫੀ ਕੋਲ ਲੱਗਾ ਜਰਮਨ ਵਿਚਾਰਾ, ਆਪ ਵਾਪਸ ਨਿਊਜ਼ੀਲੈਂਡ ਤੋਂ ਆਇਆ ਹੋ ਕੇ, ਇਦਾਂ ਦੀ ਬੜੀਆਂ ਪ੍ਰੋਫਾਈਲ ਨੇ ਪੰਜਾਬ ਦੇ ਵਿੱਚ। ਕੇਵਲ ਨਿਊਜ਼ੀਲੈਂਡ ਤੋਂ ਹੀ ਨਹੀਂ, ਕੈਨੇਡਾ ਤੋਂ ਬੜੇ ਬੱਚੇ ਵਾਪਸ ਆਏ, ਆਸਟ੍ਰੇਲੀਆ ਤੋਂ ਵਾਪਸ ਆਏ, UK ਤੋਂ ਵਾਪਸ ਆਏ ਆ। ਸੋ ਜਿਹੜੇ ਵਾਪਸ ਆਏ ਨੇ ਦੁਬਾਰਾ ਹੋਰਨਾਂ ਮੁਲਕਾਂ ਜਾ ਸਕਦੇ ਨੇ, ਸ਼ਰਤ ਹੀ ਉਹਨਾਂ ਦੇ ਜਿਹੜੇ ਪਾਰਟਨਰ ਨੇ, ਜਿਵੇਂ ਮੇਰੀ ਵਾਈਫ ਪਲੱਸ 2 ਪਾਸ ਹੈ, ਸੋ +2 ਨਹੀਂ, ਗ੍ਰੈਜੂਏਟ ਹੋਵੇ ਤਾਂ ਆਪਣੇ ਸਪਾਊਸ ਨਾਲ ਜਾ ਸਕਦੇ ਜੀ, ਜੀ, ਆਸਟ੍ਰੇਲੀਆ ਵੀ ਔਰ ਕੈਨੇਡਾ ਵੀ। ਨੈਕਸਟ ਕਾਲਰ ਸਾਡੇ ਨਾਲ, ਹੈਲੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ, ਹਾਂਜੀ, ਸਵਾਲ ਪੁੱਛੋ ਸਰ। ਸਰ, ਆਪਣੇ ਮਨ ਵਿੱਚ UK ਦਾ ਭਾਵ ਹੈ ਜੀ, UK ਸਟੱਡੀ ਵੀਜ਼ਾ, ਆਪਣੀ ਕੁਆਲੀਫਿਕੇਸ਼ਨ ਕੀ ਹੈ ਜੀ? ਹਾਂਜੀ ਹਾਂਜੀ, ਪੜ੍ਹੇ ਕਿੰਨਾ ਹੋ? +2 ਹੈ ਜੀ। ਔਰ ਇੰਗਲਿਸ਼ ਦਾ ਨੰਬਰ ਹੈਗੇ 60%? ਹਾਂਜੀ ਹਾਂਜੀ ਹੈਗੇ ਜੀ। ਬੜੇ ਕਿਹੜੇ ਸਾਲ ਕੀਤੀ +2? ਹਾਂਜੀ, +2 ਕਿਹੜੇ ਸਾਲ ਪਾਸ ਕੀਤੀ ਹੈ? ਪਿਛਲੇ ਸਾਲੇ ਕੀਤੀ ਹੈ ਜੀ। ਤੁਸੀਂ ਆਪਣੀ ਗੱਲ ਕਰ ਰਹੇ ਹੋ ਜਾਂ ਆਪਣੇ ਕਿਸੇ ਬੱਚੇ ਦੀ ਗੱਲ ਕਰ ਰਹੇ ਹੋ? ਜਿਹੜੇ ਬੱਚੇ ਨੇ +2 ਪਾਸ ਕੀਤੀ, ਪਿਛਲੇ ਸਾਲ 60% ਨੰਬਰ ਹੈ, ਜਨਵਰੀ ਇਨਟੇਕ ਲਈ UK ਚ ਯੂਨੀਵਰਸਿਟੀ ਚ ਡਿਗਰੀ ਕਰਨ ਜਾਏਗਾ, 3 ਸਾਲ ਦੀ, 3.5 ਸਾਲ ਦਾ ਵੀਜ਼ਾ ਮਿਲੇਗਾ, ਉਹਨੂੰ ਪੜ੍ਹਾਈ ਦੇ ਨਾਲ 20 ਘੰਟੇ ਹਫ਼ਤੇ ਚ ਕੰਮ ਕਰ ਸਕਦਾ, ਤੇ 3 ਸਾਲ ਦੀ ਪੜ੍ਹਾਈ ਤੋਂ ਬਾਅਦ ਉਹਨੂੰ ਅੱਗੇ 2 ਸਾਲ ਦਾ ਵਰਕ ਪਰਮਿਟ ਮਿਲ ਜਾਏਗਾ। ਜੇ ਨਾ ਕਰਿਓ, ਆਲਰੇਡੀ ਕਾਫੀ ਸਾਡੇ ਕੋਲ 90% ਸੀਟ ਭਰ ਚੁੱਕੀਆਂ ਨੇ, ਅਸੀਂ ਹੋ ਸਕਦਾ ਅਗਲੇ ਹਫ਼ਤੇ ਜਾਂ ਉਸ ਤੋਂ ਬਾਅਦ ਅਪਲਾਈ ਕਰਨ ਦੇ ਵਾਸਤੇ ਹੋਰ ਕੀ ਕੁਝ ਚਾਹੀਦਾ ਹੋਏਗਾ? ਜਿਹੜਾ ਵੀ ਬੱਚਾ +2 ਪਾਸ ਹੈ ਜਾਂ ਗ੍ਰੈਜੂਏਸ਼ਨ ਕੀਤੀ, ਉਹਦੇ ਪਾਸਪੋਰਟ ਦੀ ਕਾਪੀ, ਉਹਦੇ 10ਵੀਂ ਤੋਂ ਲੈ ਕੇ ਜੋ ਵੀ ਪੜ੍ਹਾਈ ਕੀਤੀ ਉਹਨੇ, ਉਹਦੇ ਐਜੂਕੇਸ਼ਨਲ ਡਾਕੂਮੈਂਟ, ਆਇਲਟਸ ਕੀਤਾ ਤਾਂ ਉਹਦਾ ਸਰਟੀਫਿਕੇਟ ਨਹੀਂ ਕੀਤਾ, ਤਾਂ ਉਹਦੇ 12ਵੀਂ ਦੇ ਜਿਹੜੇ ਅੰਗਰੇਜ਼ੀ ਦੇ ਨੰਬਰ 60% ਉਹ ਹੈਗੇ ਨੇ, ਤਾਂ ਬੱਚਾ UK ਪੜ੍ਹਨ ਜਾ ਸਕਦਾ। ਸਾਨੂੰ ਹੋਰ ਕੁਝ ਹੀ ਚਾਹੀਦਾ, ਸਿਰਫ ਇੰਗਲਿਸ਼ ਚੋਂ 60% ਨੰਬਰ ਜੀ, ਔਰ ਖਾਤੇ ਚ 14-15 ਲੱਖ ਰੁਪਏ 28 ਦੇ ਪੁਰਾਣਾ ਚਾਹੀਦਾ। ਨੈਕਸਟ ਕਾਲਰ, ਹੈਲੋ, ਸਤਿ ਸ਼੍ਰੀ ਅਕਾਲ ਸਰ, ਸਵਾਲ ਪੁੱਛੋ ਜੀ।
ਅਸੀਂ ਗੁੱਡੀ ਦਾ 6 ਬੈਡ ਹੈ, 2 ਜੋ 6.5 ਆ, 1 ਜੋ 5.5 ਆ, 70% ਨੰਬਰ ਹੈ ਨਾਨ ਮੈਡੀਕਲ ਦਾ ਪ੍ਰਾਪਤ ਹੋ ਜੀ। ਕਿਹੜੀ ਕੰਟਰੀ ਕਿਹੜੀ ਕੰਟਰੀ ਭੇਜਣਾ ਸਰ? ਕੈਨੇਡਾ। ਭਾਜੀ ਸਾਨੂੰ ਜੇ ਫੇਸਬੁੱਕ ਤੇ ਫੋਲੋ ਕਰਦੇ ਹੋ ਤੇ ਸ਼ਾਇਦ ਤੁਸੀਂ ਵੇਖੇ ਹੋਣਗੇ ਸਾਡੇ ਫੇਸਬੁੱਕ ਪੇਜ ਤੇ ਪਿਛਲੇ ਇੱਕ ਹਫਤੇ ਤਕਰੀਬਨ ਅਸੀਂ 20 ਵੀਜ਼ੇ ਪੋਸਟ ਕੀਤੇ ਆ, ਜਿਨ੍ਹਾਂ ਚ ਬੱਚਿਆਂ ਦੇ ਓਵਰਆਲ 6 ਇੱਕ ਮੋਡਿਊਲ ਚ 5.5 ਸੀਗੇ। ਸੋ ਅਗਰ ਤੁਹਾਡੀ ਬੇਟੀ ਦੇ ਵੀ ਬਾਕੀ ਸਾਰਿਆਂ ਚ 6 ਜਾਂ 6.5 ਹੈ ਬਟ ਕਿਸੇ ਇੱਕ ਮੋਡਿਊਲ ਚ 5.5 ਹੈ, ਜਨਵਰੀ ਇਨਟੇਕ ਦੇ ਸਾਡੇ ਕੋਲ ਦਾਖਲੇ ਖੁੱਲੇ ਜਿਹਦੇ ਚ ਅਸੀਂ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਕੋਈ ਕਾਲਜ ਦੀ ਫੀਸ ਨਹੀਂ, ਕੋਈ ਸਾਡੀ ਫੀਸ ਨਹੀਂ, ਕੋਈ ਆਫਰ ਐਡ ਦੀ ਫੀਸ ਨਹੀਂ, ਸਾਰੇ ਪੈਸੇ ਜਦੋਂ ਤੁਹਾਡੇ ਬੱਚੇ ਦੇ ਪਾਸਪੋਰਟ ਤੇ ਵੀਜ਼ਾ ਲੱਗ ਜਾਏਗਾ ਉਦੋਂ ਲੈ ਜਾਣਗੇ। ਲੋੜ ਹੈ ਮੇਰੇ ਜਲੰਧਰ ਮੋਹਾਲੀ ਜਾਂ ਨਵਾਂ ਸ਼ਹਿਰ ਦਫ਼ਤਰ ਜਾ ਕੇ ਮਿਲਣੀ ਤਾਂ ਕਿ ਜਨਵਰੀ ਇਨਟੇਕ ਚ ਡਿਲੇ ਕੀਤੇ ਬਿਨਾ ਤੁਹਾਡੇ ਬੱਚੇ ਨੂੰ ਕੈਨੇਡਾ ਭੇਜਿਆ ਜਾ ਸਕੇ ਜੀ। ਪਿਛਲੇ ਸੋਮਵਾਰ ਇੱਕ ਸੈਮੀਨਾਰ ਕੀਤਾ ਜਲੰਧਰ ਦੇ ਵਿੱਚ, ਤਾਂ ਬੜੀ ਵੱਡੀ ਗਿਣਤੀ ਚ ਮੋਹਾਲੀ ਉਹਦੇ ਆਸ ਪਾਸ ਜਿਵੇਂ ਪਟਿਆਲਾ ਹੋ ਗਿਆ ਜਾਂ ਹਰਿਆਣੇ ਵਾਲੇ ਪਾਸਿਓ ਬੜੀ ਲੋਕਾਂ ਦੀ ਡਿਮਾਂਡ ਆਈ ਕਿ ਮੋਹਾਲੀ ਵਿੱਚ ਵੀ ਸੈਮੀਨਾਰ ਕਰੋ। ਡੈਫੀਨੇਟਲੀ ਜਲਦੀ ਅਸੀਂ ਆਪਣੀ ਟੀਮ ਨਾਲ ਕੋਆਰਡੀਨੇਟ ਕਰਕੇ ਮੋਹਾਲੀ ਵੀ ਸੈਮੀਨਾਰ ਕਰਾਂਗੇ। ਬਟ ਕੱਲ ਵਾਲੇ ਦਿਨ ਮੈਂ ਸ਼ੁੱਕਰਵਾਰ ਵਾਲੇ ਦਿਨ ਮੈਂ ਮੋਹਾਲੀ ਦਫ਼ਤਰ ਬੈਠਾ, ਠੀਕ ਹੈ, ਜੋ ਵੀ ਮੋਹਾਲੀ ਦੇ ਆਸ ਪਾਸ ਦੇ ਲੋਕ ਨੇ ਅਗਰ ਉਹ ਆ ਸਕਦੇ ਨੇ ਆਪਣੇ ਬੱਚੇ ਨੂੰ ਭੇਜਣਾ ਚਾਹੁੰਦੇ, ਓਵਰਆਲ 6 ਬੈਂਡ ਹੈ, ਇੱਕ ਮੋਡਿਊਲ 5.5 ਹੈ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਜਾਣਗੇ। ਜਨਵਰੀ ਟੇਕ ਚ ਚਾਹੇ ਬੱਚਾ ਕਾਮਰਸ ਪੜ੍ਹਿਆ, ਚਾਹੇ ਆਰਟਸ ਪੜ੍ਹਿਆ, ਚਾਹੇ ਨਾਨ ਮੈਡੀਕਲ, ਚਾਹੇ ਮੈਡੀਕਲ ਪੜ੍ਹਿਆ, ਹਰ ਤਰ੍ਹਾਂ ਦੇ ਪ੍ਰੋਗਰਾਮ ਅਵੇਲੇਬਲ ਆ। ਕੋਈ ਨਿੱਕਾ ਪੈਸਾ ਪੇ ਨਹੀਂ ਕਰਨਾ, ਇੱਕ ਨਿੱਕੀ ਚਵਾਨੀ ਨਹੀਂ ਪੇ ਕਰਨੀ, ਸਾਰੇ ਪੈਸੇ ਦੇਣੇ ਵੀਜ਼ਾ ਲੱਗਣ ਤੋਂ ਬਾਅਦ। ਲੋੜ ਆਇਲ ਸੀ ਓਵਰਆਲ 6 ਬੈਂਡ ਦੀ, ਇੱਕ ਮੋਡਿਊਲ 5.5, ਤੁਹਾਡਾ ਇੱਕ ਵਾਰ, ਦੋ ਵਾਰ, ਤਿੰਨ ਵਾਰ, ਚਾਰ ਵਾਰ ਵੀਜ਼ਾ ਰਿਫਿਊਜ਼ ਹੋ ਚੁੱਕਾ, ਤੁਹਾਡੇ ਨੰਬਰ 60% ਤੋਂ ਘੱਟ ਹੈ, 55 ਜਾਂ 54 ਜਾਂ 50% ਹੈ, ਤਾਂ ਵੀ ਓਪਰਚੁਨਿਟੀ ਤੁਹਾਡੇ ਕੋਲ ਅਵੇਲੇਬਲ ਹੈ। ਆਰਐਸ ਗੋਬਲ ਤੁਹਾਡੀ ਫੀਸ ਭਰੇਗੀ, ਆਰਐਸ ਗੋਬਲ ਤੁਹਾਡੇ ਉੱਤੇ ਪੈਸਾ ਔਰ ਟਾਈਮ ਇਨਵੈਸਟ ਕਰੇਗੀ, ਆਪਣੀ ਮਿਹਨਤ ਇਨਵੈਸਟ ਕਰੇਗੀ, ਤੁਹਾਡੇ ਕੋਲ ਪੈਸੇ ਲੈ ਜਾਣਗੇ ਜਿੱਦਾਂ ਤੁਹਾਡਾ ਵੀਜ਼ਾ ਲੱਗ ਜਾਂਦਾ। ਸੋ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ, ਇੱਕ ਮੋਡਿਊਲ ਚ 5.5 ਰਹਿ ਕੇ ਨਿਰਾਸ਼ ਹੋ ਕੇ ਬੈਠੇ ਹੋ ਘਰੇ ਕਿ ਸ਼ਾਇਦ ਮੈਂ ਕੈਨੇਡਾ ਪੜ੍ਹਨ ਨਹੀਂ ਜਾ ਸਕਦਾ, ਤੁਹਾਡੇ ਪੇਰੈਂਟਸ ਤੁਹਾਡੀਆਂ ਫੀਸਾਂ ਭਰਨ ਲਈ ਤਿਆਰ ਨਹੀਂ। ਆਰਐਸ ਗਲੋਬਲ ਐਜੂਕੇਸ਼ਨ ਤੁਹਾਨੂੰ ਵਾਅਦਾ ਕਰਦਾ ਤੁਹਾਡਾ ਵੀਜ਼ਾ ਲਵਾਉਣ ਤੋਂ ਬਾਅਦ ਤੁਹਾਡੇ ਤੋਂ ਪੈਸੇ ਲਏਗਾ, ਇੱਕ ਨਿੱਕਾ ਰੁਪਈਆ ਕਿਸੇ ਵੀ ਤਰ੍ਹਾਂ ਦਾ ਬਿਨਾਂ ਚਾਰਜ ਨਹੀਂ ਕੀਤਾ ਜਾਏਗਾ। 70509 ਜੀ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਨੋਟ ਕਰਨੇ ਨੇ ਤੇ ਕੱਲ ਸ਼ੁੱਕਰਵਾਰ ਨੂੰ ਫਿਲਹਾਲ ਮੋਹਾਲੀ ਆਫਿਸ ਦੇ ਵਿੱਚ। ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਜ਼ੋਰ ਦੇ ਨਾਲ ਆਪਣਾ ਸਵਾਲ ਪੁੱਛ ਲਓ ਜੀ। ਪੜ੍ਹੇ ਕਿੰਨਾ ਹੈਗੇ ਹੋ? ਮੈਂ ਬੀਸੀਏ ਕੀਤੀ ਹੋਈ ਹੈ ਜੀ। ਕਿਹੜੇ ਸਾਲ? 2016 ਉਸ ਤੋਂ ਬਾਅਦ 3 ਸਾਲ ਕੀ ਕੀਤਾ? ਉਸ ਤੋਂ ਬਾਅਦ ਤਾਂ ਸਰ ਕੁਝ ਨਹੀਂ, ਜੌਬ ਕੀਤੀ ਹੈ ਵੈਸੇ ਮੈਂ ਚੰਡੀਗੜ੍ਹ। ਆਈਲਸ ਕਿਤੇ ਸਕੋਰ ਹੈ? ਪੀਟੀ ਕੀਤੀ ਹੋਈ ਹੈ, 67 ਸਕੋਰ ਹੈ। ਤੇ ਫਿਰ ਵੇਟ ਕਿਸ ਚੀਜ਼ ਦੀ ਕਰ ਰਹੇ ਹੋ? ਬੀਸੀਏ ਕੀਤੀ ਹੈ, ਜੌਬ ਦੇ ਐਕਸਪੀਰੀਅੰਸ ਨਾਲ ਲਾ ਕੇ ਅੱਗੇ ਡਿਗਰੀ ਕਰਨ ਜਾਓ, ਆਈਟੀ ਦੀ ਮਾਸਟਰਸ ਕੋਰਸ ਦਾਖਲਾ ਲਓ, ਜਨਵਰੀ ਦੇ ਦਾਖਲੇ ਖੁੱਲੇ, ਜਲੰਧਰ ਆ ਜਾਓ, ਚਾਹੇ ਮੋਹਾਲੀ ਚਾਹੇ ਨਵਾਂਸ਼ਹਿਰ ਆ ਜਾਓ, ਮੈਲਬਨ ਦੇ ਵਿੱਚ ਸਾਡਾ ਦਫ਼ਤਰ ਹੈ, ਤਕਰੀਬਨ 18 ਡਾਇਰੈਕਟ ਯੂਨੀਵਰਸਿਟੀ ਸਾਡੇ ਕੋਲ ਅਵੇਲੇਬਲ ਹੈ ਸਾਰੇ ਸ਼ਹਿਰਾਂ ਦੇ ਵਿੱਚ, ਔਰ ਕਿਸੇ ਯੂਨੀਵਰਸਿਟੀ ਤੁਹਾਨੂੰ 10-20% ਦੀ ਸਕਾਲਰਸ਼ਿਪ ਵੀ ਹੈਗੀ ਹੈ। ਸੋ ਬਿਨਾਂ ਦੇਰੀ ਕੀਤੇ ਅਗਰ ਆਸਟ੍ਰੇਲੀਆ ਪੜ੍ਹਨ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਆਰਐਸ ਗਲੋਬਲ ਕੰਸਲਟੈਂਸੀ ਦਾ ਮਿਸਟਰ ਸੁਖਚੈਨ ਸਿੰਘ ਰਾਹੀ ਇਜ਼ ਐਲੀਜੀਬਲ ਜੀ, ਅਪਲਾਈ ਕਰ ਸਕਦੇ ਹੋ। ਹੈਲੋ, ਸਤਿ ਸ਼੍ਰੀ ਅਕਾਲ ਸਰ, ਸਵਾਲ ਪੁੱਛੋ ਜੀ। ਠੀਕ ਹੈ ਸਰ, ਕਦੋਂ ਜੀ, ਕਦੋਂ ਕੀਤਾ? 2004 ਤੋਂ ਅੱਜ 15 ਸਾਲ ਹੋ ਗਏ ਜੀ। ਉਸ ਤੋਂ ਬਾਅਦ ਕੀ ਕੀਤਾ 15 ਸਾਲਾਂ ਚ? ਏਜ ਕਿੰਨੀ ਹੋ ਗਈ ਹੈ? ਫਿਰ ਤਾਂ ਪੀ ਆਰ ਲਈ ਅਪਲਾਈ ਕਰੋ, ਸਟੂਡੈਂਟ ਵੀਜ਼ਾ ਅਪਲਾਈ ਕਰਨ ਦਾ ਮੇਰੇ ਖਿਆਲ ਨਾਲ ਬਹੁਤ ਹੀ ਜ਼ਿਆਦਾ ਸਮਝਦਾਰੀ ਨੇਗੀ। ਬਿਲਕੁਲ, ਵਿਦ ਫੈਮਲੀ ਜਾ ਸਕਦੇ ਹੋ, 7 ਬੈਂਡ ਚਾਹੀਦੇ ਈਚ ਸਾਨੂੰ, ਬਾਕੀ ਜੇ ਹਸਬੈਂਡ ਦੀ ਕੁਆਲੀਫਿਕੇਸ਼ਨ ਉਹਦੇ ਆਇਲਸ ਦੇ ਪੁਆਇੰਟ ਵੀ ਜੁੜ ਜਾਣਗੇ, ਕੈਨੇਡਾ ਰਹਿੰਦੇ ਪੱਕੇ ਸਕੇ ਭੈਣ ਭਰਾ ਦੇ ਪੁਆਇੰਟ ਵੀ ਜੁੜ ਜਾਣਗੇ, ਐਕਸਪੀਰੀਅੰਸ ਦੇ ਪੁਆਇੰਟ ਜੁੜ ਜਾਣਗੇ। ਸੋ ਪੀ ਆਰ ਲੈਣ ਲਈ ਦੋਸਤੋ ਤੁਹਾਡੀ ਏਜ, ਤੁਹਾਡੀ ਕੁਆਲੀਫਿਕੇਸ਼ਨ, ਰੈਲੀਵੈਂਟ ਐਕਸਪੀਰੀਅੰਸ, ਆਇਲਸ ਦੇ ਬੈਂਡ, ਸਕਾ ਰਹਿੰਦਾ ਭੈਣ ਜਾਂ ਭਰਾ ਉਹਦੇ ਪੁਆਇੰਟ, ਇਹ ਸਭ ਚੀਜ਼ਾਂ ਮਿਲਾ ਕੇ ਤੁਹਾਡਾ ਜਿਹੜਾ ਸਪਾਊਸ ਹੈ ਉਹਦੀ ਕੁਆਲੀਫਿਕੇਸ਼ਨ, ਉਹਦੇ ਪੁਆਇੰਟਸ, ਉਹਦੇ ਆਇਲਸ ਦੇ ਬੈਂਡ ਦੇ ਪੁਆਇੰਟ, ਜੋਬ ਆਫਰ ਤੁਹਾਡੇ ਕੋਲ ਹੈਗੀ, LMIA ਹੈਗਾ, ਉਹਦੇ ਪੁਆਇੰਟ, ਸਾਰੀਆਂ ਚੀਜ਼ਾਂ ਮਿਲਾ ਕੇ ਤੁਹਾਡੇ ਪੁਆਇੰਟ ਬਣਦੇ ਨੇ, ਜੋ ਤਕਰੀਬਨ 455-56 ਲੱਗ ਸਕਦੇ CRS ਲੈਵਲ ਚ ਆ ਗਏ। ਅਗਰ ਤੁਹਾਡੇ ਪੁਆਇੰਟ ਬਣਦੇ ਨੇ, ਤੁਸੀਂ ਸਿੱਧਾ 6 ਮਹੀਨੇ ਤੋਂ ਲੈ ਕੇ 9 ਮਹੀਨੇ ਵਿੱਚ ਆਪਣੀ ਪ੍ਰਵਾਸ ਵਿੱਚ PR ਲੈ ਸਕਦੇ ਜੀ। ਗ੍ਰੇਟ, ਲੋੜ ਹੈ ਸਾਡੇ ਇਮੀਗ੍ਰੇਸ਼ਨ ਵਕੀਲਾਂ ਦੀ ਸਲਾਹ ਲੈ ਕੇ ਜੀ ਅਪਲਾਈ ਕਰਾਉਣ ਦੀ। ਫਿਲਹਾਲ ਨੈਕਸਟ ਕਾਲਰ ਸਾਡੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਸਰ ਮੈਂ ਮੈਮ ਲੁਧਿਆਣਾ ਸੇ ਬਾਤ ਕਰ ਰਹੀ ਹੂੰ, ਆਪਣੀ ਬੇਟੀ ਕੇ ਬਾਰੇ ਮੈਂ। ਹਾਂਜੀ ਹਾਂਜੀ ਮੈਮ, ਸਵਾਲ ਪੁੱਛੋ ਜੀ। ਸਰ ਮੇਰੀ ਬੇਟੀ ਨੇ ਨਾ ਪਲੱਸ ਟੂ ਕੀ
गया, अभी 91% मार्क्स है और आईलेट्स की है 7, 6.5, 6.5, 6. ओके ग्रेट. की पूछना चाहते हो? सर मैं पूछना चाहनी है कि अगर मैं उधर कनाडा भी अप्लाई कर दिया तो कि कनाडा और कॉलेज अभी हूँ खुले हैं अभी तक? कनाडा और कॉलेज विच सीट सारियां फिल ने, सिर्फ आईटी दे कुछ एक प्रोग्राम्स और बिजनेस दे 2-4 कोर्स खाली अवेलेबल हैगे, बट डर ये है कि जदों तक तुसी साडे. हां जी हां जी, की पूछ रहे हो? पूछना सी कि जदरा अभी ऑफर लेटर सर किने टाइम बाद आ जांदी है? ऑफर लेटर तकरीबन 7 तो 12 दिन दे विच विच आ जांदी, बट जे सीट अवेलेबल होवे तां. बट प्रॉब्लम ये है कि तुसी सवेरे साडे दफ्तर आओ या परसों साडे दफ्तर आओ, हो सकदा सीट्स अवेलेबल ना होन. अज जदों मैं चंडीगढ़ आ रहा सी उदों मैं अज भी रस्ते च मैनू मेल आई कॉलेज की, चार तरह के प्रोग्राम हाले भी अवेलेबल से कैनाडोर के. हुंदा कि एक बच्चा चार चार थां ते ऑफलेट अपलाई करता है, तो जो ऑफर चार आंदियां, बट बच्चा फीस एक कॉलेज भरता है, जां शेरटन कॉलेज जां हंबर कॉलेज सानू मेल पाउंदा है साडे कोल आवड़े कोर्स अवेलेबल है. सो कमिटमेंट नहीं करता, बट तुसी अपने डॉक्यूमेंट स्कैन करके सानू मेल जरूर कर सकते हो. ਜਿਹੜਾ ਵੀ ਕੋਰਸ ਤੁਹਾਡੇ ਉਸ ਪਰਟੀਕੁਲਰ ਕਾਲਜ ਅਵੇਲੇਬਲ ਆ, ਜਦੋਂ ਉਹ ਸੀਟ ਖੁੱਲਦੀ ਅਸੀਂ ਨਾਲ ਦੀ ਨਾਲ ਉਹਦੀ ਐਪਲੀਕੇਸ਼ਨ ਪੰਚ ਕਰਕੇ 5-7 ਦਿਨ ਦੇ ਵਿੱਚ ਵਿੱਚ ਆਫਰ ਲੈਟਰ ਜਾਰੀ ਕਰਵਾ ਸਕਦੇ. ਜੇ ਪਰਟੀਕੁਲਰ ਕੈਨੇਡਾ ਵਾਲੇ ਕਾਲਜ ਦੇ ਵਿੱਚ ਹੀ ਜਾਣਾ ਤਾਂ ਹੋ ਸਕਦਾ ਜਨਵਰੀ ਦੇ ਬੈਚ ਨਾ ਮਿਲੇ, ਮਈ ਦੇ ਦਾਖਲਾ ਮਿਲ ਜੇ ਤੁਹਾਨੂੰ. ਪਰ ਜੇ ਕਾਲਜ ਕੰਪਰੋਮਾਈਜ਼ ਕਰਨਾ ਚਾਹੁੰਦੇ ਹੋ, ਲਾਗੇ ਛਾਗੇ ਹੋਰ ਕੋਈ ਕਾਲਜ ਮਿਲ ਜੇ ਤਾਂ ਜਨਵਰੀ ਦੇ ਦਾਖਲੇ ਸਾਡੇ ਕੋਲ ਹਾਲੇ ਖੁੱਲੇ ਨੇ, ਕਿਸੇ ਕਿਸੇ ਕੋਰਸ ਵਿੱਚ ਹਾਲੇ ਸੀਟ ਅਵੇਲੇਬਲ ਹੈਗੀਆਂ ਨੇ. ਬਰਫਾਈ ਬੜੀ ਵਧੀਆ ਤੁਹਾਡੀ ਬੇਟੀ ਦੀ ਨੰਬਰ, ਬਹੁਤ ਵਧੀਆ. ਕੋਸ਼ਿਸ਼ ਕਰੋ ਸਾਲ ਖਰਾਬ ਨਾ ਕਰੋ, ਇੱਕ ਸਿਰਫ ਕਾਲਜ ਦੇ ਪਿੱਛੇ ਲੱਗੇ ਕਿ ਮੈਂ ਇਸੇ ਕਾਲਜ ਜਾਣਾ. ਜਿਹੜੇ ਕਾਲਜ ਹੋਰ ਅਵੇਲੇਬਲ ਹੈ ਸਰਕਾਰੀ ਕਾਲਜ ਜਿੱਥੇ ਬੱਚੇ ਨੂੰ ਚੰਗੀ ਐਜੂਕੇਸ਼ਨ. ਮੋਹਾਲੀ, ਨਵਾਂ ਸ਼ਹਿਰ, ਜਲੰਧਰ ਆਫਿਸ, ਜਿੱਥੇ ਵੀ ਨਜ਼ਦੀਕ ਬੈਠਦਾ ਜੀ ਤੁਸੀਂ ਆਫਿਸ ਜ਼ਰੂਰ ਵਿਜ਼ਿਟ ਕਰੋ. ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ. ਹੈਲੋ, ਹਾਂਜੀ, ਪੁੱਛੋ ਪੁੱਛੋ ਸਵਾਲ ਪੁੱਛੋ ਜਲਦੀ ਦੇ ਨਾਲ. ਕੁਆਲੀਫਿਕੇਸ਼ਨ ਬੋਲੋ ਔਰ ਆਈਐਲਟੀਐਸ ਸਕੋਰ ਬੋਲੋ. ਹਾਂਜੀ, ਮੈਂ ਸਰ ਮੈਂ ਆਪਣੇ ਮਿਸਿਸ ਬਾਰੇ ਪੁੱਛਣਾ ਸੀ, ਉਹਨਾਂ ਦੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਕੀਤੀ 2017 ਪਾਸ ਆਊਟ ਆਈਐਲਟੀਐਸ, ਤੇ ਉਹਨਾਂ ਦੇ 6 ਆਈਐਲਟੀਐਸ ਆ ਗਏ ਵੇਟਿੰਗ ਚੋ 5 ਨੇ ਬਾਕੀ ਚੋ ਉਹਨਾਂ ਦੇ 6 6 ਆ ਗਏ ਨੇ. 5 ਬੈਂਡ ਆ ਗਏ ਆਈਐਲਟੀਐਸ ਇੰਪਰੂਵ ਕਰਾ ਲਓ, ਕਿਉਂਕਿ ਇੱਕ ਮੋਡਿਊਲ ਚੋ 5 ਵਾਲੇ ਬੱਚੇ ਦੇ ਵੀਜ਼ੇ ਚਾਂਸਸ 50-50 ਹੈ. ਮੈਂ ਬਹੁਤਾ ਜ਼ਿਆਦਾ ਪ੍ਰਮੋਟ ਨਹੀਂ ਕਰ ਰਿਹਾ ਕਿਸੇ ਵੀ ਚੈਨਲ ਤੇ, ਅਗਰ ਇੱਕ ਮੋਡਿਊਲ ਚੋ 5.5 ਆ ਫਿਰ ਤਾਂ ਸਾਡਾ ਸਕਸੈਸ ਰੇਟ 100% ਹੈ. ਪਰ ਤੁਹਾਡੀ ਵਾਈਫ ਦੀ ਗ੍ਰੈਜੂਏਸ਼ਨ ਤੋਂ ਬਾਅਦ ਓਵਰਆਲ 6 ਬੈਂਡ ਹੈ, ਜਿਵੇਂ ਤੁਸੀਂ ਦੱਸਿਆ ਵੀ 3 ਮੋਡਿਊਲ ਚੋ 6-6-6 ਹੈ ਔਰ 1 ਚੋ 5 ਹੈ, ਸੋ ਵੀਜ਼ਾ ਚਾਂਸਸ ਘੱਟ ਨੇ. ਕੋਸ਼ਿਸ਼ ਕਰੋ ਕਿ ਆਪਣੀ ਕੰਡੀਸ਼ਨਲ ਆਫਰ ਲੈ ਕੇ ਨਾਲ ਇੱਕ ਵਾਰ ਆਈਐਲਟੀਐਸ ਜ਼ਰੂਰ ਰੀਅਟੈਂਪਟ ਕਰਕੇ ਆਪਣੇ ਬੈਂਡ ਪੂਰੇ ਕਰ ਲਓ, ਫਿਰ ਵੀਜ਼ਾ ਅਪਲਾਈ ਕਰਿਓ. ਅਦਰਵਾਈਜ਼ ਵੀਜ਼ਾ ਰਿਫਿਊਜ਼ ਹੁੰਦਾ ਤੇ ਇੱਕ ਤਾਂ ਮਨੋਬਲ ਥੱਲੇ ਆਉਂਦਾ, ਪਲੱਸ ਵੈਸੀ ਫੀਸ ਦਾ ਨੁਕਸਾਨ ਹੁੰਦਾ, ਨਾਲੇ ਫੀਸਾਂ ਵੀ ਘੱਟ ਘਟਾ ਕੇ ਆਉਂਦੀਆਂ. ਸੋ ਮੈਂ ਓਵਰਆਲ 6 ਬੈਂਡ 1 ਮੋਡਿਊਲ ਚੋ 5 ਵਾਲੇ ਨੂੰ ਬਹੁਤਾ ਹਾਲਾ ਸ਼੍ਰੀ ਨਹੀਂ ਦਊਂਗਾ, ਅਗਰ ਆਈਐਲਟੀਐਸ ਇੰਪਰੂਵ ਕੀਤੀ ਜਾ ਸਕਦੀ ਤਾਂ ਤੁਹਾਡਾ ਵੀਜ਼ਾ ਰੱਖ ਸਕਦਾ. ਜੀ, ਸੋ ਯੂਕੇ ਤੋਂ ਇਲਾਵਾ ਸੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਤੁਹਾਡੇ ਕੋਲੇ ਸੀ, ਜਿੱਥੇ ਵੀ ਜਾਣਾ ਬਸ ਦੱਸਣਾ ਵੀ ਪੜੇ ਕਿੰਨਾ ਹੈਗੇ ਹੋ ਤੇ ਕਿ ਨੰਬਰ ਕਿੰਨੇ ਆਏ ਨੇ. ਹੈਲੋ, ਸਤਿ ਸ਼੍ਰੀ ਅਕਾਲ ਜੀ. ਹਾਂਜੀ ਸਰ, ਸਵਾਲ ਪੁੱਛੋ. ਮੈਂ ਨਾ ਮੈਡਮ ਜੀ ਗੱਲ ਕਰ ਰਿਹਾ ਸੀਗਾ ਵੀ ਜਿਹੜੇ ਆਪਣੇ ਬੱਚੇ ਦੇ ਜਫਰਟ ਕਰੋ 48 ਜਾਂ 50% ਨੰਬਰ ਹੋਣ ਪਲੱਸ 2 ਦੇ ਵਿੱਚ. ਜੀ, ਬੱਚੇ ਦਾ ਨਾਮ ਮੈਨੂੰ ਯਾਦ ਨੀ ਆ ਰਿਹਾ, ਬਟ ਸਾਡੀ ਪਹਿਲੀ ਪੋਸਟ ਉਹੀ ਪਈ ਹੋਈ ਹੈ. ਬੱਚੇ ਦੇ ਨੰਬਰ 47% ਸੀ, ਨਵੇਂ ਸ਼ਹਿਰ ਬ੍ਰਾਂਚ ਦਾ ਮੇਰਾ ਉਹ ਕੇਸ ਸੀਗਾ. ਨੰਬਰ ਬੱਚੇ ਦੇ ਸੀਗੇ 6 ਬੈਂਡ ਈਚ, ਬਟ ਉਹਦੇ ਇੱਕ ਓਵਰਆਲ ਜਿਹੜੀ ਅਕੈਡਮਿਕ ਪ੍ਰੋਫਾਈਲ ਸੀ ਉਹ 47% ਸੀ. ਸੋ ਉਸ ਬੱਚੇ ਨੂੰ ਸਾਰੇ ਨੇ ਮਨਾ ਕਰਤਾ ਤੇਰਾ ਕਾਕਾ ਵੀਜ਼ਾ ਲੱਗਣਾ. ਅੱਜ ਉਹ ਬੱਚਾ ਮੋਂਟਰੀਅਲ ਵਿੱਚ ਕੈਨੇਡਾ ਕਾਲਜ ਪੜ੍ਹਨ ਜਾ ਚੁੱਕਿਆ. ਉਸ ਬੱਚੇ ਦਾ ਮੋਬਾਈਲ ਨੰਬਰ, ਉਹਦੇ ਮਾਂ ਪਿਓ ਦਾ ਨੰਬਰ, ਉਸ ਬੱਚੇ ਦੀ ਫੇਸਬੁੱਕ ਆਈ ਡੀ ਲਈ ਜਾ ਸਕਦੀ ਹੈ. ਸੋ ਜੇ ਤੁਹਾਡੇ ਨੰਬਰ ਘੱਟ ਹੈ, ਇੱਕ ਸਿਆਣੇ ਕੰਸਲਟੈਂਟ ਦਾ ਕੰਮ ਆ ਤੁਹਾਨੂੰ ਉਹ ਵਾਲਾ ਕੋਰਸ ਦੇਵੇ ਜੋ ਉਹਦੇ ਨੰਬਰਾਂ ਨਾਲ ਰੈਲੇਵੈਂਟ ਹੋਵੇ. ਹੁਣ ਮੈਥ ਚੋਂ ਨੰਬਰ ਤੁਹਾਡੇ 45% ਆ, ਕੋਰਸ ਤੁਸੀਂ ਕੰਪਿਊਟਰ ਪ੍ਰੋਗਰਾਮਿੰਗ ਲੈ ਲਿਆ ਤਾਂ ਵੀਜ਼ਾ ਰਿਫਿਊਜ਼ ਹੀ ਹੋਣਾ. ਸੋ ਅਗਰ ਨੰਬਰ ਘੱਟ ਹੈ, ਕਈ ਇਹੋ ਜਿਹੇ ਕੋਰਸਿਸ ਅਵੇਲੇਬਲ ਆ ਜਿਨ੍ਹਾਂ ਦੀ ਸ਼ਰਤ 45% ਨੰਬਰ ਹੁੰਦੀ ਹੈ. ਸੋ ਅਗਰ ਤੁਸੀਂ ਇਹੋ ਜਿਹੇ ਕੋਰਸ ਲੈਂਦੇ ਹੋ ਤੁਸੀਂ ਜ਼ਰੂਰ ਵੀਜ਼ਾ ਲੈ ਸਕਦੇ ਹੋ. ਯਾਨੀ ਉਦਾਂ ਦੇ ਕਾਲਜ ਦੇ ਵਿੱਚ ਅਪਲਾਈ ਕਰੀਏ ਜਿਹੜਾ ਕਹਿੰਦਾ 45 ਨੰਬਰ ਵਾਲੇ ਬੱਚੇ ਆ ਜੇ. ਜੇ ਨੰਬਰ ਘੱਟ ਹੈ, ਜਿਹੜਾ ਹੁਣ ਇੱਕ ਪਾਸੇ ਅਕੈਡਮਿਕ ਪ੍ਰੋਫਾਈਲ ਵੀਕ ਹੈ, ਨੰਬਰ 45-46% ਹੈ, ਬਟ ਬੈਂਡ ਆਈਐਲਟੀਐਸ 6 ਇੰਚ ਹੈ, ਸੋ ਕੈਟਾਗਰੀ ਵੁੱਡ ਬੀ ਐਸਡੀਐਸ. ਬਟ ਇਹ ਹੈ ਕਿ ਤੁਹਾਨੂੰ ਕਿਸੇ ਸਰਕਾਰੀ ਕਾਲਜ ਦਾਖਲਾ ਨਹੀਂ ਮਿਲਣਾ. ਮੋਂਟਰੀਅਲ ਦੇ ਬਥੇਰੇ ਇਹੋ ਜਿਹੇ ਪ੍ਰਾਈਵੇਟ ਕਰੀਅਰ ਕਾਲਜ ਹੈ, ਪਰ ਪ੍ਰਾਈਵੇਟ ਦੇ ਵਿੱਚ ਤਾਂ ਨੌਕਰੀ ਦਾ ਰੰਦਾ ਨਾ, ਵਿਵਾਹ ਚ ਵਰਕ ਪਰਮਿਟ ਮਿਲੇਗਾ ਨਹੀਂ ਮਿਲੇਗਾ? ਮੋਂਟਰੀਅਲ ਦੇ ਪ੍ਰਾਈਵੇਟ ਕਾਲਜ ਨੇ, ਸਾਰਿਆਂ ਚ ਕਵਿਤਾ ਨਹੀਂ ਵਰਕ ਪਰਮਿਟ ਹੈ, ਚਾਹੇ ਕਾਲਜ ਪਬਲਿਕ ਕਾਲਜ ਹੈ ਚਾਹੇ ਪ੍ਰਾਈਵੇਟ ਕਾਲਜ. ਜੀ, ਇੱਕ ਵਾਰੀ ਕਾਲਰ, ਜੀ ਜੀ, ਪ੍ਰਾਈਵੇਟ ਕਾਲਜ ਵਿੱਚ ਵੀ 3 ਸਾਲ ਦਾ ਵਰਕ ਪਰਮਿਟ ਹੈ ਦੋਸਤੋ,
ਜੇ ਤੁਹਾਡਾ ਪ੍ਰੋਫਾਈਲ 45% ਆ ਤੁਸੀਂ ਤਾਂ ਵੀ ਕੈਨੇਡਾ ਵੀਜ਼ਾ ਕਾਲਰ ਸਾਡੇ ਨਾਲ ਹੈਲੋ ਹੈਲੋ ਹਾਂਜੀ ਸਵਾਲ ਪੁੱਛੋ ਜੀ ਆਪਣਾ ਟਾਈਮ ਹੋ ਰਿਹਾ ਜਲਦੀ ਬੋਲੋ ਸੋ ਧਿਆਨ ਟੀਵੀ ਵੱਲ ਚਲਾ ਗਿਆ ਸੋ ਉਧਰ ਧਿਆਨ ਨਾ ਦੇ ਅਗਰ ਜੀ ਮੈਂ ਰਿਪੀਟ ਕਰਦਾ ਦੋਸਤੋ ਅਗਰ ਤੁਹਾਡੇ ਗ੍ਰੈਜੂਏਸ਼ਨ ਚੋਂ ਜਾਂ 12ਵੀਂ ਚੋਂ ਨੰਬਰ 50% ਤੋਂ ਵੀ ਘੱਟ ਹੈ ਓਵਰਆਲ 6 ਬੈਂਡ ਹੈ ਇੱਕ ਮੋਡਿਊਲ ਚੋਂ 5.5 ਆ ਜਾਂ ਫਿਰ 6 ਬੈਂਡ ਈਚ ਹੈਗੇ ਨੇ ਜੀ ਜੀ ਤੁਹਾਨੂੰ ਫਿਰ ਵੀ ਕੈਨੇਡਾ ਵੀਜ਼ਾ ਲਿਆ ਜਾ ਸਕਦਾ ਹੈ ਲਾਈਵ ਐਗਜ਼ਾਮਪਲ ਵੇਖਣੀ ਹੈ ਸਾਡਾ ਫੇਸਬੁੱਕ ਪੇਜ ਤੇ ਚਲੇ ਜਾਓ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਨਾਮ ਤੇ ਪੇਜ ਹੈ ਉੱਥੇ ਰੀਸੈਂਟ ਅਸੀਂ ਬੱਚੇ ਦਾ ਵੀਜ਼ਾ ਪੋਸਟ ਕੀਤਾ ਜਿਹਦੇ 47% ਨੰਬਰ ਸੀਗੇ ਮੋਹਾਲੀ ਨਵਾਂ ਸ਼ਹਿਰ ਬਰਾਂਚ ਦਾ ਬੱਚਾ ਸੀਗਾ ਉਹ ਸੋ ਅਗਰ ਨੰਬਰ ਘੱਟ ਨੇ ਬੈਂਡ ਤੁਹਾਡੇ 6 ਇੰਚ ਨੇ ਇੱਕ ਚੰਗੇ ਕੋਰਸ ਨੂੰ ਡਿਸਾਈਡ ਕਰਕੇ ਅੱਛੀ ਸਟੇਟ ਨੂੰ ਪਰਪਸ ਬਣਾ ਕੇ ਵੀਜ਼ਾ ਲਿਆ ਜਾ ਸਕਦਾ ਇਟ ਆਲ ਡਿਪੈਂਡ ਅਪੋਨ ਆ ਕੰਸਲਟੈਂਟ ਮੈਂ ਅੱਗੇ ਵੀ ਕਈ ਵਾਰ ਹਰ ਮੰਚ ਤੇ ਬੋਲਣ ਦੀ ਕੋਸ਼ਿਸ਼ ਕਰਦਾ ਅਸੀਂ ਨਾ ਸਿਰਫ ਭੇਟ ਚਾਲ ਚ ਲੱਗ ਕੇ ਗੱਲ ਕਰਦੇ ਹਾਂ ਜੀ ਉੱਪਰ ਇੱਕ ਕੇਸ ਦੀ ਫੋਨ ਕਾਲ ਆਈ ਬੱਚਾ ਸਿਰਫ ਕੈਨੇਡਾ ਕਾਲਜ ਦੀ ਗੱਲ ਕਰ ਰਿਹਾ ਸੀ ਬਿਲਕੁਲ ਬਿਲਕੁਲ ਜੇ ਇੱਕ ਪਾਰਟੀਕੂਲਰ ਕਾਲਜ ਦੀ ਗੱਲ ਨਾ ਕੀਤੀ ਜਾਵੇ ਆਪਣੀ ਪ੍ਰੋਫਾਈਲ ਦੇ ਮੁਤਾਬਕ ਕੰਟਰੀ ਕੋਰਸ ਦੀ ਸਿਲੈਕਸ਼ਨ ਕਰੋਗੇ ਜੀ ਜੀ ਕਦੇ ਵੀ ਰਿਫਿਊਜ਼ਲ ਨਹੀਂ ਜੀ 70509 70509 ਆਰਐਸ ਗਲੋਬਲ ਕੰਸਲਟੈਂਸੀ ਦੇ ਨੰਬਰ 'ਚ ਜਲਦੀ ਨਾਲ ਅਪਾਇੰਟਮੈਂਟ ਲੈਣੀ ਹੈਗੀ ਆ ਹੁਣ ਤੁਸੀਂ ਤੇ ਆਫਿਸ ਵਿਜ਼ਿਟ ਕਰਨਾ ਮਿਸਟਰ ਸੁਖਚੈਨ ਸਿੰਘ ਰਾਹੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜੀ ਸਾਡੇ ਸਵਾਲਾਂ ਦੇ ਜਵਾਬ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਜੀ ਤੇ ਇਸੇ ਦੇ ਨਾਲ ਜੀ ਹੁਣ ਮੈਨੂੰ ਵੀ ਦਿਓ ਇਜਾਜ਼ਤ ਵੇਖਦੇ ਰੱਖੋ ਜੀ ਪ੍ਰੋਗਰਾਮ ਕੈਂਚੋਂ ਪਰਦੇਸ ਲਾਈਵ ਵਿਦ ਮੀ ਤੇ ਆਪਣਾ ਖਿਆਲ ਰੱਖੋ ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ ਧੰਨਵਾਦ